ਹਾਂਜੀ ਦੋਸਤੋ ਦੋ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਪਹਿਲੀ ਖਬਰ ਤਾਂ ਇਹ ਹੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਕੂਲ ਟਾਈਮ ਚੇਂਜਡ ਤੁੰਧ ਕਾਰਨ ਬਦਲਿਆ ਸਕੂਲਾਂ ਦਾ ਸਮਾਂ ਤਾਂ ਸਾਲ 2022-23 ਦੌਰਾਨ ਠੰਡ ਦੇ ਮੌਸਮ ਦੀ ਸ਼ੁਰੂਆਤ ਹੁਣ ਕਰਕੇ ਅਤੇ ਇਸ ਦੇ ਵਾਧੇ ਪ੍ਰਕੋਪ ਕਾਰਨ ਸਵੇਰ ਸਮੇਂ ਸੰਗਨੀ ਤੁੰਦ ਹੋ ਗਈ ਹੈ ਠੀਕ ਹੈ ਤਾਂ ਇਸ ਲਈ ਸਕੂਲਾ ਦਾ ਜਿਹੜਾ ਹੈਗਾ ਸਮਾ ਜਿਹੜਾ ਹੈਗਾ ਬਦਲ ਦਿੱਤਾ ਗਿਆ ਹੈ ਤਾਂ ਇਧਰ ਰਿਗਾਰਡਿੰਗ ਤੁਸੀਂ ਦੇਖ ਸਕਦੇ ਹੋ ਅਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਦਫਤਰ ਜਿਹੜਾ ਹੈਗਾ ਵਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਵੱਲੋਂ ਸਾਲ 2022-23 ਦੌਰਾਨ ਠੰਡ ਦੇ ਮੌਸਮ ਦੀ ਸ਼ੁਰੂਆਤ ਹੋਣ ਕਰਕੇ ਇਸ ਦੇ ਵਾਧੇ ਪ੍ਰਕੋਪ ਕਾਰਨ ਸਵੇਰੇ ਸਮੇਂ ਸੰਗਨੀਤੋਂ ਦੋ ਹੋ ਜਾਂਦੀ ਹੈ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅਤੇ ਪ੍ਰਾਇਮਰੀ ਸਿੱਖਿਆ ਫਰੀਦਕੋਟ ਨਾਲ ਮੀਟਿੰਗ ਕਰਨ ਉਪਰੰਤ ਇਹ ਧਿਆਨ ਵਿੱਚ ਆਇਆ ਹੈ ਕਿ ਸਵੇਰੇ ਸਮੇਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਧੁੰਦ ਕਾਰਨ ਬਹੁਤ ਮੁਸ਼ਕਿਲ ਆਉਂਦੀ ਹੈ ਜਿਸ ਕਰਕੇ ਕੋਈ ਵੀ ਜਿਹੜੀ ਹੈਗੀ ਅਨੁਸੁਖਾਵੀ ਘਟਨਾ ਵਾਪਰ ਸਕਦੀ ਹੈ ਮਹਾਰਾਜਪਾਲ ਸਿੰਘ ਪੀਸੀਐਸ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਅਧੀਨ ਧਾਰਾ 144 ਸੀਆਰਪੀਸੀ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਮਿਤੀ 21 12 2022 ਤੋਂ ਠੀਕ ਹੈ ਜੀ 24 12 2022 ਤੱਕ ਜ਼ਿਲ੍ਹਾ ਫਰੀਦਕੋਟ ਅਧੀਨ ਆਉਂਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 10 ਵਜੇ ਤੋਂ ਲੈ ਕੇ 3:20 ਵਜੇ ਤੱਕ ਜਿਹੜਾ ਹੈਗਾ ਵਾ ਕੀਤਾ ਜਾਂਦਾ ਹੈ ਠੀਕ ਹੈ ਜੀ 21 ਤਰੀਕ ਤੋਂ ਲੈ ਕੇ 24 ਤਰੀਕ ਦੇ ਵਿੱਚ ਵਿੱਚ ਜਿਹੜਾ ਹੈਗਾ ਸਕੂਲਾਂ ਦਾ ਸਮਾਂ 10 ਵਜੇ ਤੋਂ ਲੈ ਕੇ 3:20 ਤੱਕ ਦਾ ਹੋ ਜਾਏਗਾ ਕਿੱਥੇ ਫਰੀਦਕੋਟ ਦੇ ਵਿੱਚ ਬਾਕੀ ਤੁਹਾਡੇ ਜਿਹੜੇ ਅਦਰ ਜ਼ਿਲ੍ਹੇ ਨੇ ਅਗਰ ਉਹਨਾਂ ਦੇ ਵੀ ਟਾਈਮਿੰਗ ਚੇਂਜ ਹੋੰਦੀ ਆ ਤਾਂ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਤਾਂ ਇਹ ਹੁਕਮ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਹੋ ਮਿਤੀ 24 12 2022 ਤੱਕ ਲਾਗੂ ਰਹਿਣਗੇ ਇਹ ਹੁਕਮ ਮਾਮਲੇ ਦੀ ਜਿਹੜੀ ਹੈਗੇ ਤਤਪਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਤਰਫਾ ਪਾਸ ਜਿਹੜਾ ਹੈਗਾ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਨੂੰ ਸਬੋਧਿਤ ਕੀਤਾ ਜਾਂਦਾ ਹੈ ਇਹ ਹੁਕਮ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਰੀਦਕੋਟ ਦੀ ਪ੍ਰਚਾਰ ਵੰਡ ਰਹੀ ਮਨਾਦੀ ਕਰਵਾ ਕੇ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਦੇ ਨੋਟਿਸ ਬੋਰਡਾਂ ਤੇ ਮਹੱਤਵ ਰਣ ਥਾਮਾ ਤੇ ਇਸ ਦੀਆਂ ਕਾਪੀਆਂ ਜਿਹੜੀ ਹੈਗੇ ਦੋਸਤੋ ਆਪਣੀ ਚਸਪਾ ਕਰਕੇ ਤੁਰੰਤ ਲਾਗੂ ਕੀਤਾ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਹੈਗਾ ਫਰੀਦਕੋਟ ਦੇ ਵਿੱਚ ਹੀ ਹਜੇ ਸਿਰਫ ਜਿਹੜਾ ਹੈਗਾ ਸਕੂਲਾਂ ਦਾ ਸਮਾਂ ਜਿਹੜਾ ਹੈਗਾ ਵਾ ਚੇਂਜ ਹੋਇਆ ਵਾ ਕਿਉਂਕਿ ਦੋਸਤੋ ਤੁੰ ਦਾ ਕਾਫੀ ਪੈ ਰਿਹਾ ਇਸ ਲਈ ਉਹਨਾਂ ਦਾ ਇਹ ਸਮਾਂ ਕਰ ਦਿੱਤਾ ਗਿਆ ਵਾ ਬਾਕੀ ਅਗਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਜਲੰਧਰ ਅਮ੍ਰਿਤਸਰ ਹੋਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਅਗਰ ਚੇਂਜ ਹੁੰਦਾ ਤਾਂ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਬਾਕੀ ਦੋਸਤੋ ਦੂਸਰੀ ਨਿਊਜ਼ ਇਹ ਤੁਸੀਂ ਨਿਕਲ ਸਕਦੇ ਹੋ ਦੇਖ ਸਕਦੇ ਹੋ ਦੋਸਤੋ ਇਨਸਪਾਇਰ ਮੀਟ ਯਾਨੀ ਕਿ ਦੋਸਤੋ ਇਨਸਪਾਇਰ ਮੀਟ ਮ ਮਾਪੇ ਅਧਿਆਪਕ ਮਿਲਣੀ ਯਾਨੀ ਕਿ ਪੀਟੀਐਮ ਸਰਕਾਰੀ ਸਕੂਲਾਂ ਦੇ ਵਿੱਚ ਦੋਸਤੋ ਜਿਹੜੀ ਹੈਗੀ ਆ ਇਨਸਪਾਇਰ ਮੀਟ ਜਾਂ ਫਿਰ ਮਾਪੇ ਅਧਿਆਪਕ ਮਿਲਣੀ ਜਾਂ ਫਿਰ ਪੀਟੀਐਮ ਦਾ ਜਿਹੜਾ ਹੈਗਾ ਆਯੋਜਨ ਇਸ ਦਿਨ ਸਕੂਲ ਮੁਖੀਆਂ ਨੂੰ ਹਦਾਇਤਾਂ ਜਿਹੜੀਆਂ ਜਾਰੀ ਹੋ ਚੁੱਕੀਆਂ ਹਨ ਆਫੀਸ਼ੀਅਲ ਜਿਹੜਾ ਹੈਗਾ ਲੈਟਰ ਵੀ ਜਾਰੀ ਹੋ ਚੁੱਕਿਆ ਹੈ ਤਾਂ ਆਫੀਸ਼ੀਅਲ ਲੈਟਰ ਆਪਾਂ ਦੇਖਦੇ ਹਾਂ ਸਿੱਧਾ ਹੀ ਤਾਂ ਦੋਸਤੋ ਦੇਖ ਸਕਦੇ ਹੋ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਕਿ ਮਿਤੀ 24 12 2022 ਨੂੰ ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਯਾਨੀ ਕਿ ਇਨਸਪਾਇਰ ਮੀਟ ਦਾ ਆਯੋਜਨ ਕਰਨ ਸੰਬੰਧੀ ਠੀਕ ਹੈ ਜੀ ਤਾਂ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਵਾਤਮਿਕ ਸਿੱਖਿਆ ਦੇਣ ਲਈ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕ ਵਿੱਚ ਬਿਹਤਰ ਤਾਲਮੇਲ ਬਣਾਉਣ ਦੇ ਉਦੇਸ਼ ਨਾਲ ਮਿਤੀ 24 12 2022 ਨੂੰ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਜਿਹੜਾ ਹੈਗਾ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾਣੀ ਹੈ ਇਹ ਮਾਪੇ ਅਧਿਆਪਕ ਮਿਲਣੀ ਤਾਂ ਟੀਚਾ ਰਾਜ ਦੇ ਸਰਕਾਰੀ ਸਕੂਲਾਂ ਦੇ 10 ਲੱਖ ਵਿਦਿਆਰਥੀ ਇਹ ਮਾਪਿਆਂ ਦੀ ਜਿਹੜੀ ਹੈਗਾ ਸਮੂਲੀਅਤ ਇਸ ਮਿਲਣੀ ਵਿੱਚ ਕਰਵਾਉਣਾ ਅਤੇ ਉਹਨਾਂ ਨੂੰ ਸਕੂਲ ਵਿੱਚ ਦਾਖਲਾ ਮੁਹਿੰਮ ਅਤੇ ਮਿਸ਼ਨ 100% ਸੰਬੰਧੀ ਜਾਣਕਾਰੀ ਦੇਣਾ ਹੈ ਮਾਪੇ ਅਧਿਆਪਕ ਮਿਲਣੀ ਦੇ ਸਫਲ ਆਯੋਜਨ ਲਈ ਮਿਤੀ 24 12 2022 ਨੂੰ ਸਮੂਹ ਸਕੂਲ ਸਟਾਫ ਜਿਹੜਾ ਹੈਗਾ ਠੀਕ ਹੈ ਜੀ ਹਾਜ਼ਰ ਰਹੇਗਾ ਤੇ ਸਕੂਲ ਮੁਖੀ ਦੀ ਅਗਵਾਈ ਵਿੱਚ ਪੂਰੇ ਸਟਾਫ ਦੇ ਸਹਿਯੋਗ ਨਾਲ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਪੂਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਪੇਰੇ ਜਿਹੜਾ ਹੈਗਾ ਚਾੜਿਆ ਜਾਵੇਗਾ ਸਕੂਲ ਦੇ ਵਿਦਿਆਰਥੀ ਆਪਣਾ ਮਾਪਿਆਂ ਦੇ ਨਾਲ ਠੀਕ ਹੈ ਜੀ ਮਾਪਿਆਂ ਤੇ ਆਪਾ ਕਮਿਟੀ ਵਿੱਚ ਭਾਗ ਲੈਣਗੇ ਇਸ ਮਾਪਿਆਂ ਤੇ ਆਪਾ ਕਮਿਟੀ ਨੂੰ ਸਫਲ ਬਣਾਉਣ ਲਈ ਹੈਟਸ ਲਿਖੇ ਅਨੁਸਾਰ ਯੋਜਨਾਬੰਦੀ ਜਿਹੜੀ ਕਿ ਉਲਿੱਕੀ ਗਈ ਹੈ ਤਾਂ ਠੀਕ ਹੈ ਜੀ ਦੋਸਤੋ ਕੀ ਇਹ ਦੇ ਵਿੱਚ ਮਾਪਿਆਂ ਤੇ ਆਪਾ ਕਮਿਟੀ ਤੋਂ ਪਹਿਲਾਂ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਬੇਰਵਾਜ ਜਿਵੇਂ ਕਿ ਦੋਸਤੋ ਆਹ ਲਿਖਿਆ ਹੈ ਕਿ ਸਕੂਲਾ ਵੱਲੋਂ ਸਮੂਹ ਵਿਦਿਆਰਥੀ ਦੇ ਮਾਪਿਆਂ ਪੰਚਾਇਤ ਮੈਂਬਰ ਠੀਕ ਹੈ ਜੀ ਐਸ ਐਮ ਸੀ ਮੈਂਬਰ ਇਲਾਕੇ ਜਾਂ ਫਿਰ ਪਿੰਡ ਦੇ ਜਿਹੜੇ ਹੈਗੇ ਦੋਸ ਵੰਤੇ ਸੱਜਣਾ ਫਿਰ ਅਤੇ ਲੋਕ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਜਾਵੇ ਹਰੇਕ ਸਕੂਲ ਦੁਆਰਾ ਨੇੜੇ ਦੇ ਧਾਰਮਿਕ ਤੇ ਸਰਵਜਨਿਕ ਸਥਾਨਾਂ ਉੱਤੇ ਜਿਹੜਾ ਹੈਗਾ ਅਨਾਉਂਸਮੈਂਟ ਰਾਹੀਂ ਮਾਪੇ ਦੇ ਅਧਿਆਪਕ ਮਿਲਣੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇ ਸਕੂਲ ਮੁਖੀਆ ਦੁਆਰਾ ਜਿਹੜਾ ਹੈਗਾ ਵਾ ਮਾਪੇ ਅਧਿਆਪਕ ਮਿਲਣੀ ਤੋਂ ਪਹਿਲਾਂ ਅਧਿਆਪਕ ਅਤੇ ਐਸਐਮਸੀ ਐਸਐਮਸੀ ਮੈਂਬਰਾਂ ਨਾਲ ਜਿਹੜਾ ਹੈਗਾ ਮੀਟਿੰਗ ਕੀਤੀ ਜਾਵੇ ਅਤੇ ਅਧਿਆਪਕ ਦੁਆਰਾ ਲੋਡ ਪੈਂਤੇ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਡਿਊਟੀਆਂ ਵੀ ਪਹਿਲਾਂ ਤੋਂ ਹੀ ਲਗਾਈਆਂ ਜਾ ਸਕਦੀਆਂ ਹਨ ਸਕੂਲ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਹਿੰਦੇ ਦੋਸਤੋ ਪੋਸਟਰ ਆਡੀਓ ਵੀਡੀਓ ਠੀਕ ਹੈ ਜੀ ਤੇ ਆਪਣਾ ਮੈਸੇਜ ਜਾਗਰੂਕਤਾ ਲਈ ਜਿਹੜਾ ਹੈਗਾ ਸਾਂਝੇ ਕੀਤੇ ਜਾ ਸਕਦੇ ਹਨ ਅਧਿਆਪਕ ਮਾਪਿਆਂ ਨੂੰ ਜਿਹੜੀਆਂ ਹੈ ਦੋਸਤੋ ਪਿਛਲੀਆਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਜਗਾਰੀ ਬਾਰੇ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਆਪਣੇ ਬੱਚਿਆਂ ਲਈ ਪੜ੍ਹਾਈ ਸੰਬੰਧੀ ਜਿਹੜੇ ਹੈਗਾ ਘਰੇਲੂ ਮਾਹੌਲ ਬਣਾਉਣ ਅਤੇ ਪੜ੍ਹਾਈ ਲਈ ਜਿਹੜਾ ਹੈਗਾ ਦੋਸਤੋ ਪ੍ਰोत्사ਹਿਤ ਕਰਨ ਲਈ ਜਾਣਕਾਰੀ ਦੇਣਗੇ ਪ੍ਰੀਖਿਆਵਾਂ ਦੀ ਗੱਲ ਵੀ ਜਿਹੜੀ ਹੋਏਗੀ ਜਿਹੜੇ ਤੁਹਾਡੇ ਬਾਈ ਮਾਸਥਲੀ ਪ੍ਰੀਖਿਆ ਤੁਹਾਡੇ ਹਜੇ ਹੋਏ ਹਨ ਤੇ ਅੱਗੇ ਹੀ ਦੋਸਤੋ ਇਹਨਾਂ ਨੇ ਲਿਖਿਆ ਕਿ ਜਮਾਤ ਇਨਚਾਰਜ ਉਹਨਾਂ ਵਿਦਿਆਰਥੀਆਂ ਦੀ ਸੂਚੀ ਤਿਆਰ ਕਰਨਗੇ ਜਿਨ੍ਹਾਂ ਦੇ ਮਾਪੇ ਠੀਕ ਹੈ ਜੀ ਪਹਿਲਾਂ ਹੋਈਆਂ ਮਾਪੇ ਦੇ ਆਪਕ ਮਿਲਣੀ ਵਿੱਚ ਹਾਜ਼ਰ ਨਹੀਂ ਹੋਏ ਠੀਕ ਹੈ ਜੀ ਅਜੇ ਵਿਦਿਆਰਥੀਆਂ ਦੀ ਇੱਕ ਸੂਚੀ ਸਬੰਧਤ ਸਕੂਲ ਮੁਖੀ ਦੁਆਰਾ ਵੀ ਰੱਖੀ ਜਾਵੇਗੀ ਤਾਂ ਜੋ ਇਹ ਮਾਪਿਆਂ ਨੂੰ ਸੱਦਾ ਭੇਜ ਕੇ ਮਿਲਣੀ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਇਆ ਜਾ ਸਕੇ ਵਿਦਿਆਰਥੀਆਂ ਨੂੰ 24 12 2022 ਤੋਂ ਪਹਿਲਾਂ ਰੋਜ਼ਾਨਾ ਠੀਕ ਸਵੇਰ ਦੀ ਸਭਾ ਦੁਆਰਾ ਠੀਕ ਹੈ ਜੀ ਜਿਹੜਾ ਹੈਗਾ ਦੌਰਾਨ ਸਕੂਲ ਮੁਖੀਆਂ ਦੁਆਰਾ ਸੰਬੋਧਨ ਕਰਦੇ ਹੋਏ ਮਾਪਿਆਂ ਦਾ ਇੱਕ ਮਿਲਣੀ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਨੂੰ ਮਾਪੇ ਅਧਿਆਪਕ ਮਿਲਣੀ ਵਾਲੇ ਦਿਨ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾਵੇ ਠੀਕ ਹੈ ਜੀ ਤਾਂ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਕਿ ਵੱਧ ਤੋਂ ਵੱਧ ਮਾਪਿਆਂ ਦੀ ਜਿਹੜੀ ਇਸ ਮੁੱਲਤ ਨੂੰ ਕਿੰਨੀ ਬਣਾਇਆ ਜਾਵੇ ਮਾਪਿਆਂ ਦਾ ਬੱਕ ਮਿਲਣੀ ਵਾਲੇ ਦਿਨ ਮਾਪਿਆਂ ਲਈ ਇੱਕ ਪਲਜ ਬੋਰਡ ਯਾਨੀ ਕਿ ਦੋਸਤੋ ਆਹ 7 ਫੁੱਟ 4 ਫੁੱਟ ਦਾ ਹੈ ਠੀਕ ਹੈ ਲਗਾਇਆ ਜਾਵੇ ਤਾਂ ਜੋ ਕਿ ਇੱਕ ਸਫੇਦ ਫਲੈਕਸ ਬੋਰਡ ਦੇ ਰੂਪ ਵਿੱਚ ਹੋ ਸਕਦਾ ਹੈ ਜਿਸ ਤੇ ਮਾਪੇ ਮਾਪਿਆਂ ਵੱਲੋਂ ਹਸਤਾਖਰ ਕੀਤੇ ਜਾਣ ਜਾਂ ਫਿਰ ਦੋਸਤੋ ਹੱਥ ਦਾ ਨਿਸ਼ਾਨ ਲਗਾਇਆ ਜਾਵੇ ਉਹ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਉਹ ਇਸ ਤਰ੍ਹਾਂ ਦਾ ਹੋ ਸਕਦਾ ਹੈ ਜਿਵੇਂ ਕਿਸੇ ਤੁਹਾਨੂੰ ਦਿਖਾ ਦਿੰਨੇ ਆ ਪਲੈਜ ਬੋਰਡ ਤਾਂ ਆਹ ਰਿਹਾ ਦੋਸਤੋ ਪਲੈਜ ਬੋਰਡ ਇਸ ਤਰ੍ਹਾਂ ਦਾ ਹੋਏਗਾ ਕਿ ਆਈ ਪਲੈਜ ਟੂ ਸੈਂਡ ਮਾਈ ਚਾਈਲਡ ਟੂ ਸਕੂਲ ਏਵਰੀ ਡੇ ਠੀਕ ਹੈ ਇਸ ਤਰ੍ਹਾਂ ਦਾ ਇਹ ਨਾ ਦੇ ਇਹ ਨਿਸ਼ਾਨ ਦੀ ਲਾਂਗੁਏਜ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਠੀਕ ਹੈ ਐਗਜ਼ਾਮਪਲ ਇਹ ਨਾ ਨੇ تھے ਦੱਸਿਆ ਹੈ ਪਲੈਜ ਬੋਰਡ ਕਿਸ ਤਰ੍ਹਾਂ ਦਾ ਹੋਵੇਗਾ ਠੀਕ ਹੈ ਜੀ ਤੇ ਅੱਗੇ ਦੋਸਤੋ ਇਹਨਾਂ ਨੇ ਲਿਖਿਆ ਕਿ ਮਿਤੀ 24 2022 12 24 12 202 ਮਾਪਿਆਂ ਦੇ ਪੱਖ ਮਿਲਣੀ ਵਾਲੇ ਦਿਨ ਦੀਆਂ ਗਤੀਵਿਧੀਆਂ ਠੀਕ ਹੈ ਜੀ ਤਾਂ ਦੋਸਤੋ ਇੱਥੇ ਗਤੀਵਿਧੀਆਂ ਦੇ ਇਹ ਇੱਥੇ ਨਾਮ ਲਿਖੇ ਹੋਏ ਹਨ ਕਿ ਮਾਪਿਆਂ ਦਾ ਠੀਕ ਹੈ ਸਵਾਗਤ ਕਰਨਾ ਠੀਕ ਹੈ ਜੀ ਇਹ ਤਾਂ ਹੈਗਾ ਹੀ ਆ ਨਾਰਮਲ ਸਕੂਲ ਮੁਖੀ ਦੁਆਰਾ ਠੀਕ ਹੈ ਜੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਉਤਸ਼ਾਹਿਤ ਕਰਨਾ ਠੀਕ ਹੈ ਸਮੂਹ ਮੁਖੀ ਜਿਹੜੇ ਹੈਗਾ ਸਕੂਲ ਮੁਖੀ ਦੋਸਤੋ ਦੁਆਰਾ ਜਿਹੜਾ ਹੈਗਾ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਵੱਧ ਅੰਕ ਪ੍ਰਾਪਤ ਕਰਨ ਸਕੂਲ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਜਿਹੜਾ ਹੈਗਾ ਵਧੇਰੇ ਪਾਗੀਦਾਰੀ ਹਾਜ਼ਰੀ ਹਾਜ਼ਰੀ ਵਿੱਚ ਦੋਸਤੋ ਵਾਧਾ ਕਰਨ ਵਿੱਚ ਉਤਸ਼ਾਹਿਤ ਕੀਤਾ ਜਾ ਲਈ ਸਮਾਸਾਰਨੀ ਜਿਹੜਾ ਹੈਗਾ ਬਣਾਉਣ ਵਿੱਚ ਤੇ ਬੱਚਿਆਂ ਦੇ ਨਾਲ ਦੋਸਤੋ ਘਰ ਵਿੱਚ ਗਤੀਵਿਧੀਆਂ ਤੇ ਆਉਣ ਵਾਲੇ ਸਮੇਂ ਦੌਰਾਨ ਸਕੂਲ ਦੀਆਂ ਗਤੀਵਿਧੀਆਂ ਜਿਵੇਂ ਕਿ ਪੀਟੀਐਮ ਆਦ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਜਾਵੇਗਾ ਠੀਕ ਹੈ ਜੀ ਸਕੂਲ ਮੁਖੀ ਜਿਹੜਾ ਹੈਗਾ ਮਾਪਿਆਂ ਨੂੰ ਸਿੱਖਿਆ ਵਿਭਾਗ ਦੁਆਰਾ ਕੀਤੀਆਂ ਜਾ ਰਹੀਆਂ ਹਨ ਨਵੀਆਂ ਨਵੀਆਂ ਪਹਿਲ ਕਦਮੀਆਂ ਜਿਵੇਂ ਕਿ ਬੋਰਡ ਦੀਆਂ ਜਮਾਤਾਂ 8ਵੀਂ 10ਵੀਂ 12ਵੀਂ ਦੀਆਂ ਮਿਸ਼ਨ 100% ਅਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਲਈ ਦੋਸਤੋ ਦਾਖਲਾ ਮੁਹਿੰਮ ਸੰਬੰਧੀ ਜਾਣਕਾਰੀ ਦੇਣਗੇ ਤਾ ਜੋ ਦੋਸਤੋ ਪੰਜਾਬ ਰਾਸ ਦਾ ਕੋਈ ਵੀ ਜਿਹੜਾ ਹੈਗਾ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ ਠੀਕ ਹੈ ਜੀ ਤੇ ਅੱਗੇ ਹੀ ਦੋਸਤੋ ਇਹਨਾਂ ਨੇ ਹੋਰ ਵੀ ਲਿਖਿਆ ਕਿ ਸਕੂਲ ਮੁਖੀ ਦੁਆਰਾ ਜਿਹੜਾ ਹੈਗਾ ਮਾਪਿਆਂ ਨੂੰ ਸਕੂਲ ਵਿੱਚ ਲੱਗੇ ਜਿਹੜੇ ਹੈਗੇ ਆਪਣੇ ਸਫੇਦ ਫਲੈਕਸ ਬੋਰਡ ਤੇ ਦੋਸਤੋ ਲਿਖੀ ਪਲੈਜ ਮੈਂ ਆਪਣੇ ਬੱਚੇ ਨੂੰ ਹਰ ਰੋਜ਼ ਸਕੂਲ ਭੇਜਾਂਗਾ ਜਾਂ ਫਿਰ ਦੋਸਤੋ ਜੋ ਪਲੈਜ ਸਕੂਲ ਮੁਖੀ ਨੁੱਟਕ ਵੀ ਲੱਗੇਗੀ ਉਹ ਇੱਥੇ ਲਿਖੇ ਮਾਪਿਆਂ ਨੂੰ ਹਸਤਕਸ਼ਰ ਕਰਨ ਜਾਂ ਫਿਰ ਹੱਥ ਦਾ ਨਿਸ਼ਾਨ ਲਗਾਉਣ ਲਈ ਪ੍ਰੇਰਿਤ ਕਰਨਗੇ ਜੋ ਕਿ ਮੈਂ ਇਸੀ ਤੁਹਾਨੂੰ ਦਿਖਾ ਚੁੱਕੇ ਸੀਗੇ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਦੋਸਤੋ ਹੋਰ ਵੀ ਜਿਵੇਂ ਕਿ ਹਾਲ ਲਿਖਿਆ ਗਿਆ ਹੈ ਤਾਂਪਕ ਦੁਆਰਾ ਮਾਪਿਆਂ ਲਈ ਸੁਝਾਅ ਕੀ ਹੋ ਸਕਦੇ ਹਨ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਠੀਕ ਹੈ ਯਹਾਂ ਸਾਰਾ ਕੁਝ ਇਹਨਾਂ ਨੇ ਲਿਖਿਆ ਹੋਇਆ ਵਾ ਠੀਕ ਹੈ ਤੇ ਅੱਗੇ ਦੋਸਤੋ ਹੋਰ ਇਹਨਾਂ ਨੇ ਲਿਖਿਆ ਕਿ ਮਾਪਿਆਂ ਅਤੇ ਹੋਰ ਕਮਿਊਨਿਟੀ ਮੈਂਬਰਾਂ ਦਾ ਬੈਠਣ ਦਾ ਟੁਕਵਾ ਜਿਹੜਾ ਹੈਗਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਇਲਾਵਾ ਇਹਨਾਂ ਨੇ ਚਾਹ ਤੇ ਦੋਸਤੋ ਰਿਫਰੈਸ਼ਮੈਂਟ ਦਾ ਪ੍ਰਬ ਪਬਲਿਕ ਨੁਮਾਇੰਦਿਆਂ ਸਮੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਹਿਬਾਨ ਮੁਖ ਦਫ਼ਤਰ ਦੇ ਅਧਿਕਾਰੀਆਂ ਜ਼ਿਲ੍ਹਾ ਬਲਾਕ ਅਧਿਕਾਰੀਆਂ ਦੁਆਰਾ ਵੀ ਸਕੂਲ ਮੁਖੀਆਂ ਦੁਆਰਾ ਕੀਤਾ ਜਾਣਾ ਹੈ ਸਕੂਲ ਦਾ ਦੌਰਾ ਕਰਨ ਵਾਲੇ ਇਹਨਾਂ ਨੁਮਾਇੰਦਿਆਂ ਤੇ ਅਧਿਕਾਰੀਆਂ ਨੂੰ ਬਣਦਾ ਮਾਨ ਸਤਿਕਾਰ ਅਤੇ ਸਹਿਯੋਗ ਦਿੱਤਾ ਜਾਵੇ ਠੀਕ ਹੈ ਜੀ ਤਾਂ ਦੋਸਤੋ ਇਸ ਤਰ੍ਹਾਂ ਹੋਰ ਜ਼ਿੰਮੇਵਾਰੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਟੀਮਾਂ ਵੀ ਹੋਣਗੀਆਂ ਅਗਰਾ ਸਕਦੇ ਨੇ ਅਗਰ ਹੋਣਗੇ ਤਾਂ ਠੀਕ ਹੈ ਜੀ ਤਾਂ ਇਸ ਤਰ੍ਹਾਂ ਇਹਨਾਂ ਨੇ ਆਹ ਲਿਖਿਆ ਹੋਇਆ ਵਾ ਠੀਕ ਹੈ ਮਿਸ਼ਨ 100% ਜਿਹੜਾ ਹੈਗਾ ਤੁਹਾਡਾ ਉਹ ਮੁਹਿੰਮ ਜਿਹੜੀ ਚਲਾਈ ਗਈ ਹੈ ਸਿੱਖਿਆ ਮੰਤਰੀ ਠੀਕ ਹੈ ਜੀ ਯੋਗਦਾਨ ਜਾਂ ਫਿਰ ਦੋਸਤੋ ਇਹਦੇ ਵਿੱਚ ਗੱਲਾਂ ਤੁਹਾਨੂੰ ਜ਼ਰੂਰ ਦੱਸਣਗੇ ਠੀਕ ਹੈ ਜੀ ਅੱਗੇ ਦੋਸਤੋ ਲਿਖਿਆ ਕਿ ਮਾਪੇ ਅਧਿਆਪਕ ਮਿਲਣੀ ਦਾ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤਾ ਜਾਊਗਾ ਠੀਕ ਹੈ ਜੀ ਸਕੂਲ ਦੁਆਰਾ ਦੋਸਤੋ ਮਾਪਿਆਂ ਤੋਂ ਪ੍ਰਾਪਤ ਫੀਡਬੈਕ ਦਾ ਨੋਟ ਵੀ ਕੀਤਾ ਜਾਵੇਗਾ ਠੀਕ ਹੈ ਜੀ ਤੇ ਗੂਗਲ ਫਾਰਮ ਰਾਹੀਂ ਦੋਸਤੋ ਜਿਹੜਾ ਹੈਗਾ ਵਾ ਮੁੱਖ ਦਫ਼ਤਰ ਨਾਲ ਜੇ ਸਾਂਝਾ ਵੀ ਕੀਤਾ ਜਾਵੇਗਾ ਤੇ ਸਮੂਹ ਸਕੂਲ ਮੁਖੀ ਮਾਪੇ ਅਧਿਆਪਕ ਮਿਲਣੀ ਸੰਬੰਧੀ ਦੋਸਤੋ ਫੋਟੋ ਆਬਲਾਕ ਗਰੁੱਪ ਵਿੱਚ ਵੀ ਸਾਂਝਾ ਕਰਨਗੇ ਮਾਪੇ ਦਾ ਮਿਲਣੀ ਦੌਰਾਨ ਦੋਸਤੋ ਇੱਕ ਸੁਝਾਅ ਬਾਕਸ ਵੀ ਰੱਖਿਆ ਜਾ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ ਮੁਖਤ ਅਫਸਰ ਵੱਲੋਂ ਦੋਸਤੋ ਜਾਣ ਵਾਲੇ ਅਧਿਕਾਰੀ ਆਪਣਾ ਬਣਦਾ ਟੀਏ ਸਮਗਰਾ ਦੀ ਮੈਨੇਜਮੈਂਟ ਫੰਡ ਵਿੱਚੋਂ ਜਿਹੜਾ ਹੈਗਾ ਨਿਯਮ ਅਨੁਸਾਰ ਕਲੇਮ ਕਰਨਗੇ ਠੀਕ ਹੈ ਜੀ ਤਾਂ ਇੱਥੇ ਹੀ ਸਾਰਾ ਕੁਝ ਇਹਨਾਂ ਨੇ ਲਿਖਿਆ ਹੋਇਆ ਹੈ ਵਾਗੇ ਦੋਸਤੋ ਇਹਨਾਂ ਨੇ ਲਿਖਿਆ ਕਿ ਸਮੂਹ ਸਕੂਲ ਮੁਖੀ ਅਧਿਆਪਕ ਮਿਲਣੀ ਤੋਂ ਬਾਅਦ ਆਪਣੇ ਸਕੂਲ ਦੀ ਰਿਪੋਰਟ ਮਿਤੀ 25 12 2022 ਤੱਕ ਹੇਠ ਲਿਖੇ ਲਿੰਕ ਤੇ ਉਪਲਬਧ ਪਰਫਾਰਮੇ ਤੇ ਅਪਲੋਡ ਕਰਨਾ ਯਕੀਨੀ ਬਣਾਉਣਗੇ ਜੋ ਕਿ ਆ ਦਿੱਤਾ ਹੋਇਆ ਹੈ ਤੇ ਇੱਥੇ ਦੋਸਤੋ ਦੇਖ ਸਕਦੇ ਹੋ ਕਿ ਪੂਰਾ ਹੀ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਡਾਇਰੈ ਜਿਹੜਾ ਹੈਗਾ ਜਾਰੀ ਹੋਇਆ ਵਾ ਠੀਕ ਹੈ ਜੀ ਸਾਰਿਆਂ ਨੂੰ ਤੇ ਆਹ ਪਲੈਜ ਬੋਰਡ ਆ ਜਿੱਕਿ ਮੈਂ ਕਿਤੇ ਸੀ ਦਿਖਾ ਸੀ ਦਿਖਾ ਚੁੱਕਿਆ ਕਿ ਆਈ ਪਲੈਜ ਟੂ ਸੈਂਡ ਮਾਈ ਚਾਈਲਡ ਟੂ ਸਕੂਲ ਏਵਰੀ ਡੇ ਯਾਨੀ ਕਿ ਮੈਂ ਆਪਣੇ ਬੱਚੇ ਨੂੰ ਜਿਹੜਾ ਸਕੂਲ ਰੋਜ਼ ਜਾਣਾ ਭੇਜਾਂਗਾ ਹਰ ਵਾਰੀ ਭੇਜਾਂਗਾ ਯਾਨੀ ਕਿ ਤੁਸੀਂ ਛੁੱਟੀ ਨਹੀਂ ਮਾਰਨੀ ਹੈਗੀ ਸਕੂਲ ਰੋਜ਼ ਜਾਣਾ ਵਾ ਠੀਕ ਹੈ ਜੀ ਤਾਂ ਇਹ ਪਲੈਜ ਬੋਰਡ ਤੁਹਾਡੇ ਪੀਟੀਐਮ ਵਾਲੇ ਦਿਨ ਤੁਹਾਨੂੰ ਦੇਖਣ ਨੂੰ ਮਿਲ ਸਕੇਗਾ ਠੀਕ ਹੈ ਜੀ ਤਾਂ ਆਹੀ ਸੀਗੇ ਦੋਸਤੋ ਜੋ ਕਿ ਨੋਟੀਫਿਕੇਸ਼ਨ ਆਈ ਸੀਗੇ ਜੋ ਕਿ ਸੀ ਤੁਹਾਨੂੰ ਦੱਸਣਾ ਜ਼ਰੂਰੀ ਸਮਝਿਆ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜਾਣਕਾਰੀ ਚੰਗੀ ਲੱਗੀ ਤਾਂ ਚਲੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰam 'ਤੇ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ